ਜੀ ਤੁਹਾਡੀ ਗੱਡੀ ਦੀ ਚਾਬੀ, ਇਹ ਵਾਲੀ ਚਾਬੀ ਕੀ ਜੇ ਕਦੀ ਬੈਟਰੀ ਖਤਮ ਹੋ ਜਾਵੇ ਤਾਂ ਤੁਹਾਡੀ ਗੱਡੀ ਦੇ ਡੈਸ਼ਬੋਰਡ ਦੇ ਸਪੀਡੋਮੀਟਰ 'ਤੇ ਇੱਕ ਮੈਸੇਜ ਆਉਣ ਲੱਗ ਪੈਂਦਾ ਵਾ, ਜਿੱਦਾਂ ਮੇਰੀ ਗੱਡੀ 'ਚ ਆਉਣ ਲੱਗ ਪਿਆ, ਨੋ ਬੈਟਰੀ ਡਿਟੈਕਟਿਡ, ਇੱਦਾਂ ਦਾ ਕੁਛ ਇੱਦਾਂ ਹੀ ਲਿਖਿਆ ਸੀ। ਅਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਅਤੇ ਗੱਡੀ ਸਟਾਰਟ ਨਹੀਂ ਹੋ ਰਹੀ ਸੀ। ਹੋਇਆ ਕੀ ਸੀ, ਆਹ ਵਾਲੀ ਚਾਬੀ ਦੀ ਜਿਹੜਾ ਸੈੱਲ ਸੀ ਉਹ ਖਤਮ ਹੋ ਗਿਆ ਸੀ। ਅਤੇ ਉਸ ਤੋਂ ਬਾਅਦ ਮੈਂ ਫਿਰ ਆਪਣੇ ਭਾਈ ਸਾਹਿਬ ਨੂੰ ਕਾਲ ਕੀਤੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਕੀ ਹੋਇਆ, ਕਿਉਂ ਨਹੀਂ ਗੱਡੀ ਸਟਾਰਟ ਹੁੰਦੀ। ਅਤੇ ਮੈਂ ਦੱਸਿਆ ਵੀ ਆਹ ਮੈਸੇਜ ਆ ਰਿਹਾ ਉਹਦੀ ਡਿਸ਼ਬੋਰਡ 'ਤੇ, ਅਤੇ ਉਹਨਾਂ ਨੂੰ ਪਤਾ ਲੱਗ ਗਿਆ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਇਹ ਚਾਬੀ ਦੇ ਸੈੱਲ ਖਤਮ ਹੋ ਗਿਆ ਅਤੇ ਇਹਨੂੰ ਪਾਉਣਾ ਪੈਣਾ ਵਾ। ਅਤੇ ਫਿਰ ਗੱਡੀ ਸਟਾਰਟ ਕਿੱਦਾਂ ਕਰਨੀ ਆ, ਆ ਜਾਓ ਮੈਂ ਤੁਹਾਨੂੰ ਦੱਸਦਾ ਵੀ ਗੱਡੀ ਸਟਾਰਟ ਕਿੱਦਾਂ ਹੁੰਦੀ ਆ। ਦੇਖੋ ਗੱਡੀ ਹੈਗੀ ਆ ਕੈਡੀਲੈਕ, ਅਤੇ ਜੇ ਮੈਂ ਸਹੀ ਪ੍ਰੋਨਾਊਨ ਕਰਦਾ ਹਾਂ ਤਾਂ ਇਹਦੇ ਆਪਣੇ ਇੱਥੇ ਗੇਅਰ ਲੀਵਰ ਅਤੇ ਆਹ ਬੋਕਸ, ਇੱਥੇ ਮੇਰੇ ਪਈਆਂ ਗਲਵਸ ਅਤੇ ਐਨਕਾਂ, ਆਹ ਵਾਲੀ ਜਗ੍ਹਾ 'ਤੇ ਤੁਸੀਂ ਦੇਖਿਆ ਹੋ, ਇਹ ਦੇਖਦਾ ਹੋਵੇ ਤਾਂ ਇੱਥੇ ਚਾਬੀ ਰੱਖਣੀ ਹੁੰਦੀ ਆ, ਇੱਥੇ ਚਾਬੀ ਰੱਖ ਦੇਣੀ ਆ। ਅਤੇ ਉਦੋਂ ਬਾਅਦ ਬਸ ਬ੍ਰੇਕ ਪੈਡਲ 'ਤੇ ਪੈਰ ਰੱਖ ਕੇ ਆਪਾਂ ਸੈਲਫ ਮਾਰ ਦੇਣੀ ਆ ਅਤੇ ਗੱਡੀ ਤੁਹਾਡੀ ਸਟਾਰਟ ਹੋ ਜਾਣੀ ਆ, ਠੀਕ ਹੈ ਜੀ। ਅਤੇ ਇਹ ਸੀ ਇੱਕ ਛੋਟੀ ਜਿਹੀ ਜਾਣਕਾਰੀ, ਮੈਂ ਕਿਹਾ ਸਾਂਝੀ ਕਰ ਦੂੰਗਾ। ਬਹੁਤ ਸਾਰੇ ਮਿੱਤਰ ਜਿਹਨੇ ਮੇਰੇ ਵਾਂਗੂ ਨਵੀਂ ਗੱਡੀ ਲੈਂਦੇ ਆ, ਮਤਲਬ ਮੈਂ ਤਾਂ ਲਈ ਸੈਕਿੰਡ ਹੈਂਡ, ਯਾਨੀ ਕਿ ਪਹਿਲੀ ਵਾਰੀ ਗੱਡੀ ਲੈਂਦੇ ਆ ਜ਼ਿੰਦਗੀ 'ਚ, ਜੇ ਕਦੀ ਉਹਨਾਂ ਨਾਲ ਇੱਦਾਂ ਹੋਵੇ ਤਾਂ ਆਹ ਹੱਲ ਆ ਇਸ ਦਾ, ਅਤੇ ਇਸ ਤਰ੍ਹਾਂ ਗੱਡੀ ਸਟਾਰਟ ਹੋ ਜੂਗੀ। ਕਿਉਂਕਿ ਇੱਕਦਮ ਤਾਂ ਬੰਦੇ ਕੋਲ ਸੈੱਲ ਨਹੀਂ ਹੁੰਦਾ ਨਵੇਂ ਬੰਦੇ ਕੋਲ। ਸੋ ਇਹ ਵੀਡੀਓ ਤੁਹਾਡੇ ਲਈ ਕੰਮ ਆਊਗੀ, ਧੰਨਵਾਦ।